ਚ ਪਾਗਲ ਆਸ਼ਿਕ ਨੇ ਵਿਆਹੁਤਾ ਮਹਿਲਾ ਤੇ ਸੁੱਟਿਆ ਤੇਜ਼ਾਬ। ਆਸ਼ਿਕ ਮਹਿਲਾ ਨੂੰ ਕਰਦਾ ਸੀ ਇੱਕ ਤਰਫਾ ਪਿਆਰ। ਬੱਚੇ ਨੂੰ ਸਕੂਲੋਂ ਲੈਣ ਗਈ ਮਹਿਲਾ ਤੇ ਮਾਰੀ ਤੇਜ਼ਾਬ ਦੀ ਬੋਤਲ। ਤਾਂ ਦੱਸ ਦੇ ਕਿ ਮਹਿਲਾ ਨੂੰ ਨੌਜਵਾਨ ਇੱਕ ਤਰਫਾ ਪਿਆਰ ਕਰਦਾ ਸੀ, ਤਾਂ ਜਦੋਂ ਮਹਿਲਾ ਨੇ ਮਨਾ ਕੀਤਾ ਤਾਂ ਉਸਨੇ ਮਹਿਲਾ ਤੇ ਤੇਜ਼ਾਬ ਸੁੱਟ ਦਿੱਤਾ ਤੇ ਫਰਾਰ ਹੋ ਜਾਂਦਾ, ਜਿਸ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਸਿਰਫ ਇਹ ਆਸ਼ਿਕ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦੇ ਕਿ ਮਾਮਲਾ ਰਾਮਪੁਰਾ ਫੂਲ ਦਾ, ਜਿੱਥੇ ਮਹਿਲਾ ਦੇ ਘਰ ਨੌਜਵਾਨ ਪਾਣੀ ਦਾ ਬੋਰ ਲਗਾਉਣ ਆਇਆ ਸੀ, ਜਿਸ ਤੋਂ ਬਾਅਦ ਉਸਦੀ ਨੀਅਤ ਵਿਗੜ ਜਾਂਦੀ ਹੈ ਤੇ ਉਹ ਜ਼ਬਰਦਸਤੀ ਉਸਦੇ ਨਾਲ ਗੱਲਾਂ ਕਰਨ ਨੂੰ ਕਹਿੰਦਾ ਤੇ ਮਹਿਲਾ ਨੇ ਉਸਨੂੰ ਕਈ ਵਾਰ ਮਨਾ ਵੀ ਕੀਤਾ, ਫਿਰ ਵੀ ਇਹ ਨਹੀਂ ਹਟਦਾ। ਜਿਸ ਤੋਂ ਬਾਅਦ ਮਹਿਲਾ ਨੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਤੇ ਸਮਾਜ ਦੇ ਡਰ ਤੋਂ ਪਤੀ ਨੇ ਵੀ ਫਿਰ ਪੁਲਿਸ ਦੇ ਕੋਲ ਕੋਈ ਵੀ ਸ਼ਿਕਾਇਤ ਨਹੀਂ ਕੀਤੀ। ਤਾਂ ਹੁਣ ਮਹਿਲਾ ਜਦ ਆਪਣੇ ਬੱਚਿਆਂ ਨੂੰ ਲੈਣ ਦੇ ਲਈ ਸਕੂਲ ਗਈ ਤਾਂ ਤਾਕ ਦੇ ਵਿੱਚ ਬੈਠਾ ਸੀ ਇਹ ਮੁਲਜ਼ਮ, ਜਿਸਨੇ ਮੋਟਰਸਾਈਕਲ ਤੇ ਆਪਣੇ ਸਾਥੀ ਦੇ ਨਾਲ ਮਿਲ ਕੇ ਇਸ ਤੇ ਤੇਜ਼ਾਬ ਸੁੱਟ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਜਾਂਦਾ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ ਤਾਂ ਪੁਲਿਸ ਹੁਣ ਇਸ ਹਮਲਾਵਰ ਦੀ ਭਾਲ ਕਰ ਰਹੀ ਹੈ। ਜਿਵੇਂ ਬੱਚੇ ਨੂੰ ਸਕੂਲ ਲੈ ਕੇ ਆਈ ਜਾਂਦੀ ਸੀ, ਮੇਰੇ ਮਗਰ ਸੀ ਤਿੰਨ ਜਾਣੇ ਜੀ, ਮੈਂ ਬੱਚੇ ਨੂੰ ਆ ਕੇ ਤੁਸੀਂ ਮੂਹਰੇ ਲੰਘ ਗਿਆ, ਬੱਚਾ ਮੂਹਰੇ ਲੰਘ ਗਿਆ, ਪਿੱਛੇ ਸੀ ਤੇ ਮੈਂ ਪਿੱਛੇ ਭੋਂ ਕੇ ਦੇਖਿਆ ਤੇ ਉਹਨਾਂ ਨੇ ਮੇਰੇ ਤੇ ਭਰਕੀ ਸੀਸੀ ਮਾਰੀ ਤੇ ਪਿਆ। ਜਾਣਦੇ ਤੁਸੀਂ ਕੌਣ? ਹਾਂਜੀ, ਪੁਲੀ ਤੋਂ ਆ ਜੀ, ਉਹਨੇ ਬੰਦੇ ਇਕੱਲੇ ਪਹਿਲਾਂ ਸਾਨੂੰ ਧਮਕੀਆਂ ਦਿੰਦਾ ਰਹਿ ਜੀ, ਉਹਨੇ ਬੰਦੇ ਇਕੱਲੇ ਸੀਗੇ। ਪ੍ਰੀਤ ਉਹਦਾ ਨਾਮ ਹੈਗਾ, ਪੁਲੀ ਤੋਂ ਆ ਜੀ। ਕਿਉਂ ਧਮਕੀਆਂ ਦਿੰਦਾ ਰਹਿ ਤੁਹਾਨੂੰ ਜੀ? ਪਹਿਲਾਂ ਤਾਂ ਇੱਥੇ ਸਾਡੇ ਘਰ ਕੋਲੇ ਬੋਰ ਕਰਦੇ ਰਹੇ ਆ, ਬੋਰ ਕਰਦੇ ਕਰਦੇ ਮੰਮੀ ਦਾ ਨੰਬਰ ਲੈ ਲਿਆ ਸਾਡੇ ਘਰ ਦੇ, ਵੀ ਫੋਨ ਫਾਨ ਲਾ ਲੈਂਦੇ ਸੀ, ਉਹ ਤਾਂ ਸਾਡੇ ਤੇ ਬੈਰ ਹੀ ਪੈ ਗਿਆ ਜੀ। ਫਿਰ ਮੁੜ ਕੇ ਕਹਿੰਦਾ ਮੈਂ ਤੁਹਾਡੇ ਮੁੰਡੇ ਨੂੰ ਰਿਸ਼ਤਾ ਕਰਾਉਣਾ, ਮੁੜ ਕੇ ਉਹਨੇ ਰਿਸ਼ਤਾ ਕਢਾਉਂਦਾ ਮੇਰੇ ਮਗਰ ਹੀ ਪੈ ਗਿਆ ਉਹ ਤਾਂ ਮੇਰੇ। ਮੈਨੂੰ ਕਹਿੰਦਾ ਜ਼ਬਰਦਸਤੀ ਮੇਰੇ ਨਾਲ ਗੱਲ ਕਰ, ਮੈਂ ਗੱਲ ਨਹੀਂ ਕੀਤੀ ਉਹਦੇ ਨਾਲ, ਤੇ ਉਹਨੇ ਧੱਕੇ ਨਾਲ ਗੱਲ ਕਰਨ ਨੂੰ ਫਿਰਦੇ ਸੀ। ਮੈਨੂੰ ਕਹਿੰਦਾ ਨਹੀਂ ਤੇਰਾ ਮੂੰਹ ਮਚਾਊਂਗਾ। ਅੱਜ ਤੁਹਾਡੇ ਕਿੱਥੇ ਕਿੱਥੇ ਤੇ ਆ ਪਾਉਣ ਦੀ ਕੋਸ਼ਿਸ਼ ਕੀਤੀ? ਅਸੀਂ ਸਾਰੇ ਆ ਬਾਹਾਂ ਆ ਸਾਥੀ ਆ ਲੱਤ ਆ ਬਾਹਾਂ ਇੱਧਰ ਇਹ ਇੱਧਰ ਨਾ ਮੂੰਹ ਇੱਧਰ ਲੱਕ ਪਾਸ ਸਾਰਾ ਸਾਰੇ ਪਾਸੇ ਜੀ। ਪਹਿਲਾਂ ਵੀ ਧਮਕੀਆਂ ਦਿੰਦਾ ਰਿਹਾ ਜੀ, ਪਹਿਲਾਂ ਹਟ ਗਿਆ ਸੀ, ਹੁਣ ਫਿਰ ਲੱਗ ਗਿਆ ਧਮਕੀਆਂ ਦੇਣ ਜੀ। ਕਿਤੇ ਕਹਿੰਦਾ ਮੈਂ ਤੇਰੇ ਘਰਵਾਲੇ ਨੂੰ ਚੱਕੂੰਗਾ, ਮੈਂ ਮੋਟਰਸਾਈਕਲ ਖੋਊਂਗਾ, ਮੇਰੇ ਕੋਲ ਪਿਸਟਲ ਆ, ਕਹਿੰਦਾ ਮੈਂ ਉਹ ਕਰੂੰਗਾ। ਇਹਦੀ ਪੁਲਿਸ ਕੰਪਲੇਂਟ ਕਰੀ? ਨਹੀਂ ਜੀ, ਹਜੇ ਤਾਂ ਨਹੀਂ ਕੀਤੀ ਜੀ। ਪਹਿਲਾਂ ਅਸੀਂ ਜੀ ਚੁੱਪ ਕਰ ਗਏ ਸੀ, ਮੈਂ ਚੱਲ ਆਪੇ ਹੱਸੀ ਆ ਕੇ ਆਪੇ ਹਟ ਜਾਓ, ਤਾਂ ਸਿਰ ਹੀ ਚੜ ਗਿਆ ਸਾਡੇ ਜੀ। ਹੁਣ ਤਾਂ ਹੱਦੋਂ ਪਾਰ ਕਰਤਾ ਉਹਨੇ ਤਾਂ ਅੱਜ ਦਾ।